ਇਸ ਹੱਟ ਤੇ ਜਿਨ੍ਹਾਂ ਦਾ ਖਾਤਾ ਖੁੱਲਿਆ ਬਾਕੀ ਝੂਠ ਦਾ ਬਾਜ਼ਾਰ ਜਾਣਾ ਖੁੱਲਿਆ। ਵੀ ਵਿਚਾਰ ਕਰਨੀ ਹੈ ਕਿ ਕੀ ਸਾਡਾ ਇਸ ਹੱਟ ਤੇ ਖਾਤਾ ਖੁੱਲਿਆ। ਹਾਂ ਜੀ ਸਾਰਿਆਂ ਦਾ ਖੁੱਲਿਆ, ਮਾਫ ਕਰਨਾ ਮਾਇੰਡ ਨਾ ਕਰਿਓ, ਖਾਤਾ ਜ਼ਰੂਰ ਖੋਲਿਆ ਬਾਬੇ ਦੀ ਦੁਕਾਨ ਤੇ, ਪਰ ਹੈਗਾ ਉਧਾਰ ਵਾਸਤੇ, ਨਕਦ ਹੋਰ ਦੁਕਾਨ ਤੇ ਜਾਈਦਾ। ਉਧਾਰ ਕਿਵੇਂ ਤੇ ਨਕਦ ਕਿਵੇਂ? ਬਾਬਾ ਮੁੰਡਾ ਕੈਨੇਡਾ ਚਲੇ ਜਾਏ, ਖੰਡ ਪਾਠ ਕਰਾਵਾਂਗੇ। ਬਾਬਾ ਪੋਤਾ ਹੋਵੇ, ਖੰਡ ਪਾਠ ਕਰਾਵਾਂਗੇ। ਮੁੰਡਾ ਭਾਵੇਂ 10 ਸਫ਼ਰ ਲਾ ਕੇ ਕੈਨੇਡਿਓਂ ਆ ਜਾਏ, ਨਾ ਖੰਡ ਪਾਠ ਕਰਾਈਏ, ਕਿਸੇ ਦੇ ਘਰੇ ਬਾਬੇ ਦੇ ਸੰਮਣ ਗਏ ਵੇਖੇ, ਭਾਵੇਂ ਪੜਪੋਤੇ ਵਾਲੇ ਹੋ ਜਾਈਏ, ਨਾ ਖੰਡ ਪਾਠ ਕਰਾਈਏ, ਕਿਸੇ ਦੇ ਘਰੇ ਬਾਬੇ ਦੇ ਸੰਮਣ ਗਏ ਵੇਖੇ। ਇਹ ਹੈਗਾ ਜੀ ਉਧਾਰ। ਤੇ ਮਾਫ਼ ਕਰਨਾ, ਨਕਦ ਕਿੱਥੇ? ਪੁੱਛਾਂ ਦੇਣ ਵਾਲੇ ਬਾਬੇ ਦੇ ਕੋਲ। ਕਿਤੇ ਉਸ ਬਾਬੇ ਨੂੰ ਵੀ ਆਖਿਓ ਵੀ ਬਾਬਾ ਤਵੀਤ ਦੇ ਦੇ, ਜੇ ਕੰਮ ਹੋ ਗਿਆ ਤੇ ਪੈਸੇ ਦੇ ਦਿਆਂਗੇ, ਨਹੀਂ ਤੇ ਨਹੀਂ। ਉਹ ਕਹਿੰਦਾ ਨਹੀਂ, ਪਹਿਲੋਂ ਰੱਖੋ, ਵੱਡੀ ਚੀਰਾ ਵੈਦਗੀ ਪਹਿਲੋਂ ਲਈਏ, ਲੈ ਪਹਿਲੋਂ ਰੱਖੋ। ਤੇ ਧੰਨ ਬਾਬਾ ਤੂੰ, ਤੇਰੀ ਦੁਕਾਨ ਦਾ ਉਹੀ ਰੇਟ ਹੈ ਜਿਹੜਾ ਅੱਜ ਤੋਂ 500 ਸਾਲ ਪਹਿਲਾਂ ਸੀ। ਪਰ ਇਹਨਾਂ ਪੁੱਛਾਂ ਦੇਣ ਵਾਲੇ ਬਾਬਿਆਂ ਨੇ, ਮੇਰੀ ਮਾਂ ਵੀ ਤਵੀਤ ਲਿਆਉਂਦੀ ਹੁੰਦੀ ਸੀ ਮੇਰੇ ਮੁੰਡੇ ਨੂੰ ਨਜ਼ਰ ਨਾ ਲੱਗ ਜਾ, 1.25 ਰੁਪਈਏ ਚ। ਮੇਰੇ ਵੀ ਗਲ ਚ ਬੰਨੇ ਹੁੰਦੇ ਸੀ, ਡੌੜਿਆਂ ਤੇ ਬੰਨੇ ਹੁੰਦੇ ਸੀ 5-7। ਤੇ ਮਾਫ਼ ਕਰਨਾ, 1.25 ਰੁਪਈਏ ਚ। ਅੱਜ ਕਿਸੇ ਬਾਬੇ ਕੋਲ ਜਾ ਕੇ ਆਖਿਓ ਬਾਬਾ 1.25 ਰੁਪਈਆ ਲੈ ਲੈ ਤਵੀਤ ਦੇ ਦੇ, ਉਹ ਕਹਿੰਦਾ ਨਹੀਂ, ਹੁਣ 1100, 2100, 3100, 5100 ਤੋਂ ਘੱਟ ਤਵੀਤ ਨਹੀਂ ਮਿਲਦਾ। ਇੱਥੇ ਬਈ ਜਸਵੀਰ ਸਿੰਘ ਨੂਰਪੁਰੀ ਵਰਗੇ ਜਿਹੜੇ ਇਹਨਾਂ ਪੱਤਰਕਾਰਾਂ ਬਾਬਿਆਂ ਦੇ ਮਗਰ ਪੈ ਕੇ ਇਹਨਾਂ ਦੇ ਪਾਜ ਖੋਲਦੇ ਆ, ਇਹਨਾਂ ਦੁਕਾਨਦਾਰਾਂ ਦਾ ਪਤਾ ਲੱਗਦਾ ਵੀ ਇਹਨਾਂ ਦੇ ਕਿੰਨਾ ਕੁ ਝੂਠ ਹੈ, ਕਿੰਨਾ ਕੁ ਸੱਚ ਹੈ। ਵਰਨਾ ਅਸੀਂ ਤੇ ਡਾਰਾਂ ਬੰਨ ਬੰਨ ਕੇ ਬਾਬੇ ਦੇ ਨਲਕੇ ਦਾ ਪਾਣੀ ਖਰੀਦੀ ਜਾਈਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਣਨੀ ਆ ਵੀ ਅਗਲੀਆਂ ਸਤਨਾਮ।